हेलो जी, अस्सलाम वालेकुम। यासर संधू तुहाड़ी खिदमत हाज़र हाँ जी। तुसा वेख रहे हो ट्रैक्टर जून यूट्यूब चैनल। शौक का लेवल है जी हर बंदे का आपो आप, तो यह शौक का लेवल जिहड़ा है वह तुहानू अज दिखाउणा है। मैं मौजूद हाँ इस वक्त मियाँ ब्रदर बूरेवाला ते मेरे नाल मौजूद आ अज मियाँ समीउल्ला साहब। भाई को पुछदे हां वी कित्थों तशरीफ लियाए हो। शौक का जिहड़ा लेवल है वह आपां चैक करना। भाई जाहद साहब मौजूद ने नाल। समीउल्ला भाई की हाल है तुहाडा? जी बिल्कुल ठीक ठाक ठीक हो जी, मोहतरम। ਕਿੱਥੋਂ ਭਰਾ ਜੀ ਤਸ਼ਰੀਫ ਲਿਆਏ ਹੋ? ਮੈਂ 24L ਉਕਾੜਾ ਉਕਾੜਾ ਚੋਂ। ਹਾਂਜੀ ਹਾਂਜੀ। ਤੇ ਇਹ ਵਾਲਾ ਟਰੈਕਟਰ ਉੱਥੋਂ ਹੀ ਤੁਸੀਂ ਲੈ ਕੇ ਆਏ ਹੋ? ਹਾਂਜੀ ਉੱਥੋਂ ਲੈ ਕੇ ਆਏ ਜੀ। ਤੇ ਭਾਈ ਏਡੀ ਦੂਰੋਂ ਟਰੈਕਟਰ ਤੁਸੀਂ ਲਿਆਂਦਾ, ਤੇ ਜੇ ਆਪਾਂ ਉੱਥੇ ਬੰਦਾ ਭੇਜ ਦਿੰਦੇ ਤੇ ਛਤਰੀ ਮੀਂਹ ਹੋਣੀ ਉੱਥੇ ਫਿੱਟ ਕਰ ਦਿੰਦੇ? ਨਹੀਂ ਬਸ ਉਹ ਅਗਰ ਤੇ ਹੁੰਦਾ ਨਾ ਪਾਵਰ ਦਾ ਮਸਲਾ ਹਾਂਜੀ ਤਾਂ ਫਿਰ ਤੇ ਇਹਨਾਂ ਨੂੰ ਬੁਲਾ ਲੈਣਾ ਸੀਗਾ। ਅੱਛਾ ਵੀ ਇਹਨਾਂ ਨਾਲ ਮੇਰੀ ਗੱਲ ਵੀ ਹੋਈ ਸੀ ਜੀ, ਲੇਕਿਨ ਮੈਂ ਬੰਪਰ ਵੀ ਲਗਾਉਣਾ ਸੀ, ਸਹੀ ਇਹ ਜਿਹੜੀ ਛੱਤ ਆ ਇਹ ਵੀ ਲਗਾਉਣੀ ਸੀ, ਸਾਰਾ ਕੰਮ ਕਰਾਉਣਾ ਸੀ। ਮੈਂ ਕਿਹਾ ਚਲੋ ਉੱਥੇ ਵਰਕਸ਼ਾਪ ਜਾਂਦੇ ਆ, ਅੱਛਾ ਜੀ, ਨਾਲੇ ਇਹਨਾਂ ਦਾ ਸੈਟਅਪ ਦੇਖਦੇ ਆ। ਹਾਂਜੀ, ਤੇ ਮੈਂ ਅੱਜ ਇੱਥੇ ਆਇਆ ਨਾ ਜਨਾਬ, ਮੈਨੂੰ ਤਾਂ ਬੜਾ ਮਜ਼ਾ ਆਇਆ। ਸਹੀ ਹੈ ਜੀ। ਤੇ ਕੰਮ ਤਾਂ ਸੀ ਹੋਰ ਜਗ੍ਹਾ ਤੋਂ ਵੀ ਕਰਾਉਂਦੇ ਨੇ, ਲੇਕਿਨ ਇੱਥੇ ਆ ਕੇ ਬੜਾ ਮਜ਼ਾ ਆਇਆ। ਭਾਈ ਇਹ ਉੱਥੋਂ ਚਲਾ ਕੇ ਲਿਆਏ ਹੋ ਜਾਂ ਕੀ ਸਿਲਸਿਲਾ ਕੀਤਾ ਸੀ? ਨਹੀਂ, ਲੋਡਰ ਕੀਤਾ ਜੀ। ਉੱਥੋਂ ਡਾਲੇ 'ਚ ਪਾ ਕੇ ਲਿਆਏ ਡਾਲੇ 'ਚ ਹੋ? ਪਾ ਕੇ। ਤੇ ਡਾਲੇ 'ਚ ਹੁਣ ਵਾਪਸ ਖੜਨਾ? ਡਾਲੇ 'ਚ ਪਾ ਕੇ। ਇਹ ਟਰੈਕਟਰ ਤੁਹਾਡਾ 240 ਕਿਹੜਾ ਮਾਡਲ ਆ ਭਾਈ? ਇਹ 13 ਮਾਡਲ ਜੀ। 13 ਮਾਡਲ ਆ। ਤੇ ਇਹ ਭਾਈ ਬੰਪਰ ਜਿਹੜਾ ਲਗਵਾਇਆ ਤੁਸੀਂ, ਹਾਂਜੀ, ਇਹ ਤੁਸੀਂ ਆਪਦੇ ਸ਼ੌਂਕ ਤੋਂ ਲਵਾਇਆ, ਇਹ ਜੇ ਕੀ ਤਰੀਕਾਕਾਰ ਕੀਤਾ ਜੀ? ਇਹ ਜਨਾਬ ਸਾਡੇ ਇੱਕ ਡਰਾਈਵਰ ਜਿਹੜਾ ਸਾਡਾ ਨਾ, ਉਹਦਾ ਬੜਾ ਇਹ ਸ਼ੌਕ ਸੀ ਹਾਂਜੀ ਕਿ ਸਿੰਧੂ ਮੂਸੇ ਵਾਲੀ ਜਿਹੜੀ ਕਾਪੀ ਹੈ ਨਾ ਜੀ, ਉਹ ਅਸੀਂ ਕਰਨੀ ਆ। ਸਹੀ ਹੈ। ਉਹ ਜਨਾਬ ਉਹਦੇ ਸ਼ੌਕ ਨੂੰ ਅਸੀਂ ਪੂਰਾ ਕੀਤਾ ਵਾ। ਹਾਂਜੀ। ਤੇ ਅੱਜ ਜਨਾਬ ਆਣ ਕੇ ਮੀਆਂ ਸਾਹਿਬ ਦੇ ਕੋਲ ਆਏ ਆ। ਸਹੀ ਹੈ ਜੀ। ਤੇ ਆਣ ਕੇ ਜਨਾਬ ਬੰਪਰ ਲਵਾਇਆ ਜੀ। ਇਸ ਤੋਂ ਇਲਾਵਾ ਛਤਰੀ ਲਗਵਾਈ ਤੁਸੀਂ? ਛਤਰੀ ਲਗਵਾਈ ਹੈ। ਸਹੀ ਹੈ ਜੀ। ਨਾਲ ਅਸੀਂ ਇਹ ਦੇਖੋ ਇਹ ਵੀ ਲਗਵਾਇਆ ਨਾਲ ਬੰਪਰ ਦੇ ਐਕਸਟਰਾ ਚੀਜ਼। ਸਹੀ ਹੈ ਜੀ। ਕਿ ਆਲੂਆਂ ਦੇ ਵਾਸਤੇ ਜਿਹੜਾ ਨਾ। ਅੱਛਾ, ਇਹ ਦਿਖਾਓ ਜੀ ਆਪਣਾ ਕੋ ਬੰਦਾ ਦਿਖਾਓ ਜੀ, ਇਹ ਕਿਦਾਂ ਇਹਦਾ ਕੀ ਤਰੀਕਾਕਾਰ ਹੈ ਜੀ? ਇਹ ਇਹ ਜਨਾਬ ਇਹਨਾਂ ਨੇ ਜਾਂਦਾ ਜੀ। ਸਮੀਉੱਲਾ ਭਾਈ ਇਹ ਕੋ ਬੰਦਾ ਤੁਹਾਡਾ ਦਿਖਾਓ ਜੀ, ਕਿਹੜਾ ਲਗਾਉਂਦਾ ਜੀ? ਕੱਢਣੇ ਆ ਨਾ ਜੀ। ਹਾਂਜੀ, ਉਦੋਂ ਇੱਥੇ ਕਾਬਲੇ ਨਾਲ ਸੁਰਾਖਾਂ ਦੇ ਵਿੱਚ ਜਿਹੜੇ ਆ ਨਾ ਜਿਹੜੇ ਕੱਸੇ ਜਾਣੇ। ਅੱਛਾ, ਦੋ ਦੋ ਐਸੇ ਤਰ੍ਹਾਂ ਕੱਸਿਆ ਜਾਊਗਾ ਜੀ। ਹਾਂਜੀ। ਫਿਰ ਇਹਦੇ ਤੋਂ ਬੋਰੀ ਜਿਹੜੀ ਆ ਜੀ ਉਹ ਰੱਖੀ ਜਾਊਗੀ। ਅੱਛਾ, ਯਾਨੀ ਇਹ ਟਰੈਕਟਰ ਆਲੂਆਂ ਦਾ ਕੰਮ ਕਰਦਾ ਹੈ? ਉਸ ਤੋਂ ਬਾਅਦ ਇਹਨੂੰ ਲਾ ਕੇ ਰੱਖ ਦੇਣਾ ਮਸ਼ੀਨ ਦੇ ਨਾਲ ਹੀ ਜੀ। ਅੱਛਾ ਜੀ। ਤੇ ਬਸ ਫੇਰ ਦੁਬਾਰਾ ਜਦੋਂ ਆਲੂ ਕੱਢਣੇ ਆ ਤਾਂ ਫੇਰ ਇਹਨੂੰ ਮਸ਼ੀਨ। ਗੁੱਡ ਹੋ ਗਿਆ। ਅੱਛਾ ਭਾਈ ਸਮੀਉੱਲਾ, ਇਹ ਜਿਹੜੀ ਆ ਬੰਪਰ ਹੈ, ਇਹ ਤੁਹਾਡਾ ਕਿੰਨਾ ਤਕਰੀਬਨ ਇਹ ਤੇ ਖਰਚਾ ਆ ਗਿਆ ਕੋਈ? ਤਕਰੀਬਨ 70,000 ਦਾ ਲੱਗਾ ਜੀ। 70,000 ਰੁਪਏ ਦਾ ਲੱਗਾ ਜੀ। ਜੋ ਭਾਰਾ ਲਵਾਇਆ ਹੈ। ਕਿੰਨਾ ਵਜ਼ਨ ਹੋਇਆ ਜੀ ਇਹਦਾ? ਇਹਦਾ ਕੋਈ 126 ਕਿਲੋ। 126 ਕਿਲੋ ਜੀ ਜੀ। ਜ਼ਬਰਦਸਤ। ਫਿਰ ਹੈਵੀ ਡਿਊਟੀ ਲਵਾਇਆ? ਹੈਵੀ ਡਿਊਟੀ। ਤੇ ਛਤਰੀ ਲਗਵਾਈ ਹੈ ਤੁਸੀਂ? ਮੇਰੇ ਦੇਖਿਆ ਵੀ ਤਬਦੀਲੀ ਵੀ ਕੋਈ ਫਰੰਟ ਤੇ ਇਹਨਾਂ ਨੇ ਕੀਤੀ ਹੋਈ ਹੈ। ਹਾਂਜੀ। ਤੇ ਇਹ ਕੀ ਤਰੀਕਾਕਾਰ ਹੋਇਆ ਜੀ ਇਹਦਾ? ਇਹ ਕਿੰਨੀ ਗੇਜ ਦਾ ਲਵਾਇਆ ਫਰੇਮ ਵਗੈਰਾ ਤੁਸੀਂ ਸਾਰਾ? ਇਹ ਫਰੇਮ ਦਾ ਗੇਜ ਦਾ ਤੇ ਜੀ ਮੀਆਂ ਸਾਹਿਬ ਨੂੰ ਪਤਾ। ਮੀਆਂ ਸਾਹਿਬ ਕੀ ਤਰੀਕਾ? 10 ਗੇਜ ਦਾ ਫਰੇਮ ਆ ਜੀ, 4-2 ਦਾ ਜੀ। ਸਹੀ ਹੈ। ਬਹੁਤ ਭਾਰਾ ਇਹਦਾ, 57-58 ਕਿਲੋ, ਯਾਨੀ ਕਿ ਪੂਰੇ ਲੋਹੇ ਦਾ ਸਮਾਨ ਦਾ ਜਿਹੜਾ ਲੱਗਾ ਨਾ ਜੀ ਉਹਨੂੰ 57-58 ਕਿਲੋ ਲੱਗਾ, 1.5 ਮਣ ਦੇ ਕਰੀਬ। 1.5 ਮਣ ਦੇ। 25-30 ਕਿਲੋ ਦਾ ਟੱਪਾ ਜਿਹੜਾ ਵਾ ਜੀ ਉਹ ਲੱਗਾ ਵਾ। ਸਹੀ ਹੈ ਜੀ। ਬਾਕੀ ਦੇ ਜੀ ਪੱਖਾ ਲੱਗਾ, ਟੇਪ ਲੱਗੀ, ਸਪੀਕਰ ਲੱਗੇ ਆ, ਰੋਟਰ ਵਗੈਰਾ ਹਰ। ਸਹੀ ਹੈ। ਸਮੀਉੱਲਾ ਭਾਈ ਹੋਰ ਕੀ ਆਪਾਂ ਕਰਾਇਆ ਇਥੋਂ ਟਰੈਕਟਰ? ਹੋਰ ਜੀ, ਇਥੋਂ ਜਿਹੜੀ ਮੇਨ ਚੀਜ਼ ਹੈ ਨਾ ਜੀ, ਹਾਂਜੀ, ਸਾਡਾ ਡਰਾਈਵਰ ਬੜਾ ਤੰਗ ਸੀ। ਹਾਂਜੀ। ਉਹ ਕਹਿੰਦਾ ਜੀ ਭਾਈ ਪੁਰਾਣਾ ਟਰੈਕਟਰ ਆ, ਹਾਂਜੀ, ਤੇ ਇਹ ਬੜਾ ਮਸਲਾ ਮਸਾ, ਤੇ ਮੈਨੂੰ ਪਾਵਰ ਕਰਾ ਕੇ ਦਿਓ। ਹਾਂਜੀ। ਤੇ ਉਹਨੇ ਕਿਤੇ ਵੀਡੀਓ ਦੇਖੀ ਤੁਹਾਡੀ? ਸਹੀ ਹੈ ਜੀ। ਤੇ ਉਹਨੇ ਮੈਨੂੰ ਵੀ ਵਿਖਾਈ, ਤੇ ਮੈਂ ਫਿਰ ਜਨਾਬ ਇਹਨਾਂ ਨਾਲ ਰਾਬਤਾ ਕੀਤਾ। ਹਾਂਜੀ। ਤੇ ਅੱਜ ਅਸੀਂ ਜਨਾਬ ਸਭ ਤੋਂ ਪਹਿਲੇ ਆ ਕੇ ਜਨਾਬ ਅਸੀਂ ਇਹ ਪਾਵਰ ਕਰਾਇਆ। ਅੱਛਾ ਸਮੀਉੱਲਾ ਭਾਈ, ਇਹ ਪਾਵਰ ਸਟੀਅਰਿੰਗ ਤੁਸੀਂ ਹੁਣ ਕਰਵਾਇਆ? ਹਾਂਜੀ, ਅੱਜ ਕਰਾਇਆ ਜੀ। ਸਹੀ ਹੈ ਭਾਈ ਸਮੀਉੱਲਾ, ਇਹਦੇ ਉੱਤੇ ਕਿੰਨਾ ਖਰਚਾ ਆ ਗਿਆ ਤਕਰੀਬਨ ਆਪਾਂ? ਇਹ ਤਕਰੀਬਨ ਜੀ ਅੱਜ ਤੋਂ ਕੋਈ 2 ਮਹੀਨੇ ਪਹਿਲੇ ਪੁੱਛਿਆ ਸੀ ਇਹਨਾਂ ਨੂੰ। ਹਾਂਜੀ। ਉਦੋਂ ਤੋਂ ਇਹਨਾਂ ਨੇ ਕਿਹਾ ਸੀ 1,10,000 ਰੁਪਏ ਦਾ। ਸਹੀ ਹੈ। ਤੇ ਹੁਣ ਤੁਹਾਨੂੰ ਪਤਾ ਕਿ ਡਾਲਰ ਦਾ ਜਿਹੜਾ ਰੇਟ ਉੱਪਰ ਹੋ ਗਿਆ। ਹਾਂਜੀ। ਤੇ ਹੁਣ ਇਹ ਬਣਿਆ ਜਨਾਬ 1,30,000 ਦਾ। ਅੱਛਾ, ਡਾਲਰ ਨਾਲ ਇਹਦਾ ਮੀਆਂ ਸਾਹਿਬ ਕੋ ਪੁੱਛਦੇ ਆ, ਮੀਆਂ ਸਾਹਿਬ ਇਹਦਾ ਡਾਲਰ ਨਾਲ ਕੀ ਤਰੀਕਾਕਾਰ ਆ? ਇਹ ਇੱਥੋਂ ਤੁਸੀਂ ਆਪ ਬਣਾਉਂਦੇ ਹੋ ਇਹ ਕੇਟਰ? ਨਹੀਂ, ਇਹ ਬਾਹਰੋਂ ਅਸੀਂ ਮੰਗਾਉਂਦੇ ਆ, ਤੁਰਕੀ ਦਾ ਵਾ ਇਹ। ਅੱਛਾ ਜੀ। ਹਾਂਜੀ, ਇਹ ਬਾਹਰੋਂ ਇੰਪੋਰਟ ਕਰਦੇ ਆ ਜੀ। ਹਾਂਜੀ। ਇਸ ਵਾਸਤੇ ਫਿਰ ਇਹ ਮਹਿੰਗਾ ਹੋ ਗਿਆ ਜੀ। ਸਹੀ ਹੈ। 1,30,000 ਰੁਪਏ ਦਾ ਜਿਹੜਾ ਵਾ ਨਾ ਜੀ, ਹੁਣ ਇਹ ਲੱਗਾ ਜੀ। ਸਹੀ ਹੈ। ਇਹ ਸਾਰੇ ਦਾ ਸਾਰਾ ਹਰ ਚੀਜ਼, ਕਿਲ ਕਾਬਲਾ ਸਾਰਾ ਦਾ ਸਾਰਾ, ਪੰਪ ਜੈਕ, ਹਾਂਜੀ, ਇਹ ਸਾਰਾ ਤੁਰਕੀ ਦਾ ਵਾ ਜੀ। ਤੁਰਕੀ ਦਾ, ਤੁਰਕੀ ਦਾ ਸਟੀਅਰਿੰਗ ਵੀਲ ਵੀ ਇਹਨੂੰ ਲਾਇਆ ਵਾ ਜੀ, ਛੋਟਾ ਜਿਹੜਾ ਵਾ ਜੀ, 385 ਵਾਲਾ ਸਟੀਅਰਿੰਗ ਵੀਲ ਆ। ਤਾਂ ਪਾਵਰ ਹੋ ਗਿਆ ਵੀ ਛੋਟਾ, ਆਰਾਮ ਨਾਲ ਸਕੂਨ ਮਾਹੌਲ। ਹਾਂਜੀ, ਠੀਕ ਹੋ ਗਿਆ, ਬਣ ਜਾਂਦੀ ਹੈ ਨਾ ਜੀ ਕਾਫੀ ਸਾਰੀ। ਅੱਛਾ, ਹੋਰ ਇਸ ਤੋਂ ਇਲਾਵਾ ਭਾਈ ਕੀ ਕਰਾਇਆ ਜੀ? ਅਸੀਂ ਜਨਾਬ ਆ ਰਿਮਾਂ ਦਾ ਦੇਖੋ ਬੜੇ ਮਤਲਬ ਖਰਾਬ ਸੀਗੇ। ਹਾਂਜੀ, ਰਿਮਾਂ ਦਾ ਰੰਗ ਕਰਾਇਆ ਦੁਬਾਰਾ ਜੀ। ਅੱਛਾ ਜੀ, ਇਹਨਾਂ ਨੂੰ ਸ਼ਾਵਰ ਕਰਾਤਾ? ਬਿਲਕੁਲ ਸ਼ਾਵਰ ਕਰਾਤਾ, ਦੋਵੇਂ ਕਰਾਤੇ, ਅਗਲੇ ਪਿਛਲੇ ਦੋਨੋਂ ਕਰਾਤੇ, ਚਾਰੇ ਕਰਾਤੇ ਨੇ। ਸਹੀ ਹੈ ਜੀ। ਅੱਛਾ ਜੀ, ਗੁੱਡ ਹੋ ਗਿਆ। ਹਾਂ, ਬੰਪਰ ਵੀ ਲਾ ਲਿਆ, ਛੱਤ ਵੀ ਲਾ ਲਈ, ਪਾਵਰ ਸਟੀਅਰਿੰਗ ਵੀ ਹੋ ਗਿਆ, ਰਿਮ ਵੀ ਰੰਗ ਕਰਾ ਲਿਆ। ਇਸ ਤੋਂ ਇਲਾਵਾ ਕੋਈ ਚੀਜ਼ ਦੀ ਕੋਈ ਆਪਣੇ ਕੋਲੋਂ? ਜੀ, ਮੇਰੀ ਆਪਣੀ ਗੁਆਇਸ਼ ਸੀ ਕਿ ਮੈਂ ਅੰਪੇਅਰ ਮੀਟਰ ਲਗਾਇਆ ਸੀ ਨੀਚੇ। ਅੱਛਾ ਜੀ। ਉਹ ਮੈਨੂੰ ਅੱਛਾ ਨਹੀਂ ਸੀ ਲੱਗਦਾ, ਡਰਾਈਵਰ ਨੇ ਨੀਚੇ ਲਵਾ ਲਿਆ। ਹਾਂਜੀ। ਲੇਕਿਨ ਮੈਂ ਆਣ ਕੇ ਇਹਨਾਂ ਨੂੰ ਕਿਹਾ ਜੀ
बहुत अच्छा इन्होंने मतलब फिटिंग की थी। अच्छा मियाँ साहब ये समीउल्ला भाई आ टेप ये दूसरी लाते होंगे तुम आप लगवाई है जी तरीका करो अच्छा दूसरी चाइना की लगाते आवाज बंदे आते घट आता स्टार्ट की भी ये लगाओ ए आवाज ज्यादा है ठीक है जी। इस तो अलावा जनाब एक एक्स्ट्रा लैड मैं लगाई है हाँ जी जी के नहीं ला के देंगे इन्होंने दे सिस्टम है उपर उपर हाँ जी यह लैड जी मैं एक्स्ट्रा लगाई है। अच्छा है पिछे तुसी हाँ बैक साइड वास्ते बैक साइड अच्छा पिछे देखना वास्ते पिछे देखने वास्ते मतलब रात नु हलवाई करदे है ना जी हां जी उनो जरा रोशनी जरा बेहतर हो जांदी खुद भी सही है चला लेना सी हां जी ते मेरीयां ना जेडी कोणियां ना लग जांदी सी नाल अच्छा इस करके मैं मियां साहब नु कह दी इनु कुछ स्पेस बनाओ हां ते मियां साहब ने ऑफ कैमरा भी दस रहे आप बड़ी मेहनत की टूल शूल बड़ा मेहनत की भारे लवा के लगा लेकिन आन के फिर मैंने कहा जी मैंने एक टूल भी अच्छा लग दियो सही है टूल मैं लगे देखे पहले दूसरे हां काफी इनारे बम्पर बने हैं जो बाहर जाने हैं सही है वो अच्छे से मैंने पसंद आए तो मैं कहा जी मैंने भी ला के दियो सही है कब्जे कुब्जे माशाल्लाह लोहा इन्होंने अच्छा लाया हां जी तो मैं भी एक लवा लिया बच्चे टूल दी सहूलत तुसी भी ले ली हां जी बिल्कुल ठीक है हाइट तुसी बिल्कुल उत्तों गुलाई वाली जड़ी है शो दे बराबर रखाई है बिल्कुल बराबर कसाइयां थल्ले कराइयां ने सेंटर च प्लेट पा के ते प्लेट दे उत्ते कसाया इनू ठीक है ਜ਼ਬਰਦਸਤ ਕਿਸਮ ਦਾ ਜੀ ਨੇ ਲਾਇਆ ਇਹ ਕਹਿੜੇ ਲਾਇਆ ਨਾ ਜੀ ਨਵਾਂ ਹਾਂਜੀ ਇਹ ਇਹਨਾਂ ਨੇ ਹੁਣ ਨਵਾਂ ਇਹਨਾਂ ਨੇ ਬਣਾਇਆ ਕੋਈ ਸੀਨ ਹਾਂਜੀ ਇਹ ਬੜੀ ਐਂਗਲ ਬੜਾ ਅੱਛਾ ਲਾਇਆ ਇਹਨਾਂ ਨੇ ਹਾਂਜੀ ਪਹਿਲੇ ਮੇਰੇ ਨਾਲ ਕੋਈ ਕਾਬਲੇ ਕੂਬਲੇ ਲਾਉਂਦੇ ਸੀ ਡਰੈਕਟ ਹਾਂਜੀ ਪਹਿਲੇ ਡਾਇਰੈਕਟ ਉੱਥੇ ਕਾਸਦੇ ਹੋਣੇ ਆ ਅੰਦਰੋਂ ਅੰਦਰ ਹੁਣ ਇਹਨਾਂ ਨੇ ਬਾਹਰ ਕੱਢ ਕੇ ਤੁਹਾਨੂੰ ਕਾਸ ਕੇ ਦਿੱਤਾ ਜ਼ਰਾ ਖੋਲਾ ਖੁੱਲਾ ਜਿਹਾ ਕਰਕੇ ਦਿੱਤਾ ਕੰਮ ਗੁੱਡ ਹੋ ਗਿਆ ਅੱਛਾ ਆਪਣਾ ਭਾਈ ਤੁਸੀਂ ਇੱਥੇ ਇਸ ਜਿੰਨੇ ਵੀ ਕੰਮ ਕਰਾਏ ਨੇ ਆਪਣਾ ਮਕੈਨੀਕਲ इलैक्ट्रिक का छत बंपर आप दूसरे काम करवाए ने तो कैसा रहा इतों का तुम्हें कैसा रहा इनका काम पसंद आया या की लगा कोई कमी पेशी है तो दसो अपना काम तो जी असं पहले भी बार कराई दे हाँ जी लेकिन जो अज इन को मैं आया ना फर्स्ट टाइम हाँ जी इन्होंने मूहरी तारीफ नहीं हाँ जी लेकिन बहुत अच्छा लगा सही है जी इन्होंने मैं जो भी मतलब गर्मी भी बड़ी सी हाँ जी ट्रैक्टर भी इन्होंने धुप्पे लाया हाँ जी जो जो इन्होंने मैं काम किया ना हाँ जी इन्होंने हासिल किया सही मजीद चलेगा अच्छा सही पता लगेगा इथे कम से कम रेहड़िया चलाया समझ लगी बार मैं ट्राई लई बहुत मजा आया हाथ ना चली झुली रखा कर पखे आला भी खर्चा कराता अच्छा जी यह भी माहौल हो गया जी पिछे एक्सट्रा लाइट इन्होंने थले लगाई पूरा जगमग माहौल है ड्राइवर फोन करेगा एंजॉय खेतों च जनाब हाँ जी मैं बहुत अच्छा लगा नहीं मीटर वाला जैसा पूरा अंग्रेजी काम कराया समझदार बंदे हो तुसी सही है छत दे विच ही लग गया ना इन हुण पानी पेगा हाँ ना खराब होएगा प्रोपर फिटिंग हो गई जैसा मैं चला के जरा स्टेडियम घुमाओ ना जरा देखिए असं भी की करता है घूमता की करता नहीं घूमता भाई समीउल्ला साहब देखो जी किड्डी दूरों तशरीफ ले आए हैं हर बंदे का आपो आप शौक है तो शौक का लेवल है दाने पौंदा भाई 240 बंदे तेरे 240 का बंदे एवं पैसे नहीं लाए ट्रैक्टर के बच्चे कोई जान हैगी तो ही लाए वाह स्टार्टिंग रेस से घूम रहा जी वाह गुड हो गया
ਪਾਕ ਤੁਹਾਡੇ ਨਸੀਬ ਕਰੇ ਟਰੈਕਟਰ ਤੁਹਾਡੇ ਦੀ ਆਵਾਜ਼ ਸੁਣੀ ਹੈ ਤੇ ਵਾਵਾ ਕੜਕਦਾ ਹਾਂਜੀ ਕਿ ਮੈਂ ਇਹਦਾ ਸਲਫ ਚੇਂਜ ਕੀਤਾ ਅੱਛਾ ਜੀ ਸਲਫ ਮੈਨੂੰ ਲਾਇਆ ਛੋਟਾ ਮਜ਼ਦੀ ਵਾਲਾ ਜੀ ਛੋਟਾ ਵਾਲਾ ਜੀ ਤੇ ਇਹਦੀ ਸਟਾਰਟਿੰਗ ਬਹੁਤ ਅੱਛੀ ਹੈ ਕਰੋ ਹਾਂਜੀ ਸਟਾਰਟ ਭਲਾ ਕਿਵੇਂ ਹੁੰਦਾ ਜੀ ਆਹ ਵਾਹ ਇਹ ਮੈਨੂੰ ਲੱਗਦਾ ਸਾਨੂੰ ਵੀ ਲਵਾਉਣਾ ਪੈਣਾ ਅੱਛਾ ਵਾਹ ਸਟਾਰਟਿੰਗ ਤਾਂ ਜੋ ਸਭ ਇਹ ਬੜੀ ਪਿਆਰੀ ਆ ਇਹ ਚੀਜ਼ ਵੀ ਚੰਗੀ ਹੈ ਦੂਸਰਾ ਮੈਂ ਦੱਸਣਾ ਕਿ ਇਹਦਾ ਇੰਜਨ ਜਿਹੜਾ ਨਾ ਜੀ ਹਾਂਜੀ ਉਹ ਮੈਂ ਅਜੇ ਕਰਵਾ ਕੇ ਆਇਆ ਵਾਂ ਅਜੇ ਪਹਿਲਾ ਤੇਲ ਚੇਂਜ ਕੀਤਾ ਵਾ ਅੱਛਾ ਫੁੱਲ ਇੰਜਨ ਮੈਂ ਕਰਾਇਆ ਅੱਛਾ ਤੇ ਜੈਨੂਇਨ ਚੀਜ਼ਾਂ ਬਿਲਕੁਲ ਕੰਪਨੀਆਂ ਜਿਹੜੀਆਂ ਨਾ ਮੈਂ ਉਹ ਹੀ ਇਹਦੇ ਚ ਪਾਈਆਂ ਇਹ ਪਹਿਲਾ ਇੰਜਨ ਤੁਸੀਂ ਕਰਵਾਇਆ ਹੁਣ ਕਰਾਇਆ 13 ਮਾਡਲ ਆ ਕਿਹੜੇ ਸੰਤੂ ਤੁਹਾਡੇ ਕੋ ਇਹ 13 ਅੱਛਾ 13 ਮਾਡਲ ਆ ਠੀਕ ਹੋ ਗਿਆ ਨਵਾਂ ਕਰਾਇਆ ਤੇ ਪਹਿਲਾ ਇੰਜਨ ਤੁਸੀਂ ਹੁਣ ਕਰਵਾਇਆ 2023 ਦੇ ਇਹ ਜਨਵਰੀ ਯਕਮ ਜਨਵਰੀ ਨੂੰ ਅਸੀਂ ਕਰਾਇਆ ਜਨਾਬ ਕਰਾਇਆ ਠੀਕ ਹੋ ਗਿਆ ਤਕਰੀਬਨ ਕਿੰਨੇ ਸਾਲ ਚੱਲ ਗਿਆ ਚਲੋ ਵਿਕਾਸ ਸਾਹਿਬ 10 ਸਾਲ ਤਕਰੀਬਨ ਪਹਿਲਾ ਇੰਜਨ ਚਲਾਇਆ ਤੁਸੀਂ ਆਇਲ ਕਿਹੜਾ ਪਾਉਂਦੇ ਰਹੇ ਵਿੱਚ ਇੰਜਨ ਦੇ ਸ਼ੈਲ ਦਾ ਸਹੀ ਹੋ ਗਿਆ ਤੇ ਕੰਮ ਕਿੰਨੇ ਖੇਤੀ ਕਿੰਨੀ ਹੈ ਇਸ ਟਰੈਕਟਰ ਕੋਲ ਖੇਤੀ 2 ਟਰੈਕਟਰ ਆ ਸਾਡੇ ਕੋ ਹਾਂਜੀ ਇੱਕ 375 ਆ ਹਾਂਜੀ ਇੱਕ ਇਹ ਆ ਹਾਂਜੀ ਲੇਕਿਨ 75 ਅਸੀਂ ਬਾਅਦ ਚ ਲਿਆ ਪਹਿਲੇ ਇਕੱਲਾ ਹੀ ਸੀਗਾ ਹਾਂਜੀ 4 ਮਰਬੇ ਦੀ ਖੇਤੀ ਸੀ ਇਹਦੇ ਕੋ ਹਾਂਜੀ ਫਿਰ 75 ਲਿਆ ਹਾਂਜੀ ਤੇ ਮਾਸ਼ਾਅੱਲਾ 2 ਮਰਬੇ ਹੋਰ ਆ ਗਏ ਹਾਂਜੀ ਤੇ ਹੁਣ 6 ਮਰਬੇ ਦੀ ਖੇਤੀ ਹੈ 2 ਕਰ ਲਈ ਕੱਲੇ ਬੱਲੇ ਬੱਲੇ ਜੀ ਇਹ ਤਾਂ 6 ਮਰਬਿਆਂ ਦੀ ਖੇਤੀ ਤੇ ਬੰਦਿਆਂ ਨੇ 6-6 ਭਾਈ ਟਰੈਕਟਰ ਰੱਖੇ ਆ ਤੇ ਬੰਦਾ ਵੀ ਮੇਰੇ ਕੋ 2 ਹੀ ਆ ਬਸ ਅੱਛਾ ਉਹ ਹੀ ਡਰਾਈਵਰ ਆ ਹਾਂ ਤੇ ਉਹ ਹੀ ਸਾਰਾ ਜ਼ਿੰਮੇਵਾਰ ਕਰਦੇ ਆ ਖੈਰ ਵੇ ਵਾਹ ਤੂੰ ਤਾਂ ਸਾਂਭਿਆ ਬਈ ਸਾਡਾ ਵੀ ਇੱਕ ਬੇਲੀ ਹੈਗਾ ਉਹਦੇ 5 ਮਰਬੇ ਆ 24 ਸ਼ਮਸਾ ਲੱਗ ਹਾਂ 5 ਮਰਬੇ ਤੇ 15 ਕਿੱਲੇ ਆ ਹਾਂ ਬੋਲਾ ਖਾਰ ਕੇ ਟਰੈਕਟਰ ਤੇ ਇਹਨਾਂ ਦੇ ਕਿਸੇ ਦਾ ਵੀ ਸਾਫ ਸੁਥਰਾ ਕੋਈ ਨਹੀਂ ਹਾਂ ਤੁਸੀਂ ਤਾਂ ਤੁਹਾਡਾ ਤਾਂ ਦਾਣੇ ਭੁੰਨਣ ਦਿਆ ਟਰੈਕਟਰ ਸਟਾਰਟ ਹੋਇਆ ਤੇ ਮੈਂ ਕਿਹਾ ਯਾਰ ਦੇਖਣ ਨੂੰ ਤਾਂ ਟਰੈਕਟਰ ਇਦਾਂ ਲੱਗਦਾ ਅਗਰ ਮੈਂ ਲੋਨ ਵੀ ਬੈਠਾ ਨਾ ਹਾਂਜੀ ਤੇ ਮੈਨੂੰ ਦੱਸਿਆ ਨਾ ਡਰਾਈਵਰ ਨੇ ਕਿ ਜਨਾਬ ਕੋਈ ਚੀਜ਼ ਖਰਾਬ ਹੋ ਗਈ ਆ ਹਾਂਜੀ ਤੇ ਮੈਂ ਮਿਸਤਰੀ ਨੂੰ ਪਹਿਲੇ ਫੋਨ ਕਰਨਾ ਮੈਂ ਵੀ 1 ਨੰਬਰ ਚੀਜ਼ ਲਿਆ ਉਹ ਜਾ ਕੇ ਉੱਥੇ ਪਾ ਗਿਆ ਵੈਰੀ ਗੁੱਡ ਤੇ ਪਾ ਕੇ ਮੈਨੂੰ ਡੇਰੇ ਆਉਣੀ ਹੈ ਜੇ ਕੋਈ ਚੀਜ਼ ਟੁੱਟ ਗਈ ਤਾਂ ਸਹੀ ਹੈ ਚੀਜ਼ 1 ਨੰਬਰ ਲੈਣੀ ਹੈ ਹਾਂਜੀ ਇਹ ਹੁਣ ਮੀਆਂ ਸਾਹਿਬ ਕੋਲ ਆਏ ਆ ਇਹਨਾਂ ਨੂੰ ਪੁੱਛ ਲਓ ਕਿ ਇਹਨਾਂ ਨੂੰ ਮੈਂ ਆਣ ਕੇ ਹੁੱਕ ਦੇ ਬਾਰੇ ਤੁਹਾਨੂੰ ਮੈਂ ਕਿੰਨਾ ਗਿਆ ਹਾਂਜੀ ਮੇਰੀ ਪੂਰੀ ਕੋਸ਼ਿਸ਼ ਸੀ ਕਿ ਮੇਰੀ ਹੁੱਕ ਚੇਂਜ ਕਰ ਦੇਣੇ ਹਾਂ ਇਹ ਬਦਲ ਦੇਣ ਹਾਂਜੀ ਉਹ ਟਰਾਲਾ ਜਿਹੜਾ ਨਾ ਅੱਗੋਂ ਥੋੜਾ ਨੀਵਾ ਰਹਿੰਦਾ ਹਾਂਜੀ ਤੇ ਜਿਹੜਾ ਦੂਸਰਾ ਟਰੈਕਟਰ ਸਾਡਾ ਇੱਕ ਹੋਰ ਵੀ ਹੈਗਾ ਸਾਡਾ ਮੈਸੀ ਛੋਟਾ ਹਾਂਜੀ ਉਹ ਮੇਰੇ ਕਜ਼ਨ ਦਾ ਸਹੀ ਉਹਦੇ ਮਗਰ ਪਾਈਏ ਟਰਾਲਾ ਹੋਈ ਉਹ ਬਰਾਬਰ ਰਹਿੰਦਾ ਇਹਦੇ ਪਿੱਛੇ ਨੀਵਾ ਰਹਿੰਦਾ ਉਹ 1 ਇੰਚ ਦਾ ਮੇਰੇ ਕੋਲ ਫਰਕ ਆ ਹਾਂਜੀ ਤੇ ਮੈਂ ਇਹਨਾਂ ਦੀ ਮੇਰੀ ਕੋਸ਼ਿਸ਼ ਇਹ ਸੀ ਬਦਲ ਦੇਣ ਕਹਿੰਦੇ ਨਹੀਂ ਬਦਲੋ ਨਾ ਇਹਨੂੰ ਦੇਖਦੇ ਆ ਦੇ ਇਹਨਾਂ ਨੇ ਅੱਜ ਮੈਨੂੰ ਨਹੀਂ ਇਹ ਕੰਮ ਮੀਆਂ ਸਾਹਿਬ ਕਿਉਂ ਨਹੀਂ ਬਦਲੀ ਜੀ ਤੁਸੀਂ ਨਹੀਂ ਉਹ ਟਾਈਮ ਬੰਦੇ ਦਾ ਸਗੋਂ ਜਿਹੜਾ ਆ ਗਾਹਕ ਗਾਹਕਾਂ ਨੂੰ ਸ਼ਾਇਦ ਵੇਚ ਦਿੰਦੇ ਆ ਲਈ ਫਿਰ ਇਸ ਤਰ੍ਹਾਂ ਤਾਂ ਲੈ ਜੀ ਪਹਿਲੇ ਕੰਮ ਬਹੁਤ ਸਾਰੇ ਕਰਾਏ ਇਹਨਾਂ ਨੇ ਜਿਹੜਾ ਸਹੀ ਹੈ ਸਹੀ ਠੀਕ ਹੋ ਗਿਆ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਦੋਸਤਾਂ ਦਾ ਜੀ ਬਹੁਤ ਸ਼ੁਕਰੀਆ ਦੋਨਾਂ ਦਾ ਹਾਂਜੀ ਇਹ ਵੇਖੋ ਜੀ ਇਹ ਮਜ਼ਦਾ ਭਾਈ ਨੇ ਵੇਖੋ ਐਡੀ ਲੰਮੀ ਗੱਡੀ ਕਰਾ ਕੇ ਐਡੀ ਦੂਰੋਂ ਟਰੈਕਟਰ ਲੱਦਿਆ ਅੱਲਾ ਜਾਣਦਾ ਵੀ ਕਦੀ ਕਦੀ ਇਦਾਂ ਲੱਗਦਾ ਵੀ ਦੁਨੀਆ ਭਲੀ ਤੋਂ ਭਲੀ ਭਾਈ ਵੱਧ ਤੋਂ ਵੱਧ ਦੁਨੀਆ ਮੈਨੂੰ ਤਾਂ ਜਿਹੜਾ ਵੀ ਟਕਰਿਆ ਨਾ ਜੀ ਸਾਡੇ ਤੋਂ ਵੱਧ ਹੀ ਟਕਰਿਆ ਹਾਂਜੀ ਕੋਈ ਵੀ ਬੰਦਾ ਟਕਰਿਆ ਨਾ ਜੀ ਸਾਡੇ ਤੋਂ ਵੱਧ ਹੀ ਟਕਰਿਆ ਅਸੀਂ ਤਾਂ ਸੋਚਦੇ ਹੀ ਰਹਿ ਗਏ ਵੀ ਯਾਰ ਬੰਦੇ ਕਿਸ ਲੈਵਲ ਦਾ ਸ਼ੌਂਕ ਕਰਦੇ ਆ ਕਿਵੇਂ ਕਿਵੇਂ ਦੇ ਸ਼ੌਂਕ ਕਰਦੇ ਆ ਮੀਆਂ ਸਾਹਿਬ ਇੱਕ ਜਨਰਲ ਗੱਲ ਆ ਕੰਮ ਤਾਂ ਚਲੋ ਤੁਸੀਂ ਵੀ ਕਰਦੇ ਆ ਅਸੀਂ ਵੀ ਤੁਰੇ ਫਿਰਦੇ ਆ ਹੁਣ ਡਾਲਾ ਲਿਆ ਬੰਦੇ ਆ ਮੈਂ ਕਹਿੰਦਾ ਜੀ ਇੱਕ ਹੁਣ ਮਾਮੂ ਕਾਂਜਾਂ ਤੋਂ ਆਣਾ ਵਾ ਪਰਸੋਂ ਜੁਮੇ ਰਾਤ ਵਾਲੇ ਟਰੈਕਟਰ ਤੋਂ ਬੰਦਾ ਸਾਊਦੀ ਅਰਬ ਤੋਂ ਆਇਆ ਵਾ ਟਰੈਕਟਰ ਉਹਨੇ ਇੰਗਲੈਂਡ ਤੋਂ ਮੰਗਾਇਆ ਪੁਰਾਣਾ ਮਾਡਲ ਮੈਸੀ ਸਹੀ ਤੇ ਉਹ ਹੁਣ ਉਹਨੇ ਛੱਤ ਲਵਾਣੀ ਆ ਬੰਪਰ ਲਵਾਣਾ ਵਾ ਇਸੇ ਤਰ੍ਹਾਂ ਹੀ ਉਹ ਮੈਂ ਉਹਨੂੰ ਕਿਹਾ ਵੀ ਕਿੰਨੇ ਮਰਬੇ ਜ਼ਮੀਨ ਆ ਤੇਰੀ ਉਹਨੇ ਕਿਹਾ ਮਰਬੇ ਕੋਈ ਨਹੀਂ ਮੇਰਾ ਤਾਂ ਮਰਲਾ ਵੀ ਨਹੀਂ ਮੈਂ ਤਾਂ ਸਿਰਫ ਘਰੋਂ ਨਿਕਲਣਾ ਵਾ ਤੇ ਚੌਂਕ ਜਾ ਕੇ ਚਾਹ ਪੀਣੀ ਆ ਤੇ 92 ਫਾਲਾ ਰੂਟਾਵੀਟਰ ਆ ਜੀ ਤੇ ਉਹ ਟਰੈਕਟਰ ਇੰਗਲੈਂਡ ਤੋਂ ਮੰਗਾਇਆ ਵਾ ਹੁਣ ਛੱਤ ਲਵਾਣ ਲਈ ਮਾਮੂ ਕਾਂਜਨ ਤੋਂ ਇੱਥੇ ਕਨਾਲ ਦਾ ਬੋਲੇ ਵਾਲੇ ਉਹਨੇ ਆਣਾ ਟਰੈਕਟਰ ਲੈ ਕੇ ਜੀ ਕੀ ਬਾਤ ਤੇ ਉਹ ਜੁਮੇ ਰਾਤ ਵਾਲੇ ਦਿਨ ਉਹਨੇ ਆਣਾ ਜੀ ਕੀ ਬਾਤ ਇਨਸ਼ਾਅੱਲਾ ਜੀ ਕੀ ਬਾਤ ਤੇ ਉਹ ਹੁੰਦੇ ਆ ਅਖੀਰ ਆ ਬੰਦੇ ਮੈਂ ਤਾਂ ਤੁਹਾਨੂੰ ਦੱਸਿਆ ਵੀ ਤੂੰ ਸੀਗਾ ਡਾਲੇ ਤੋਂ ਉੱਤੇ ਪਰ ਆ ਜੀ ਇਹ ਖੜੇ ਦੇ ਆ ਜੀ ਅੱਛਾ ਸਾਰੇ ਪਰ ਦੇਖੋ ਨਾ ਨੰਬਰ ਲੱਗਾ 1 ਨੰਬਰ 2 ਨੰਬਰ 3 ਨੰਬਰ ਇੱਕੋ ਮਾਲਕ ਦੇ ਆ ਇਹ ਜੀ ਇੱਕੋ ਮਾਲਕ ਦੇ ਆ ਆ ਤਿੰਨ ਜਿਹੜੇ ਆ ਗੁੱਡ ਗੁੱਡ ਹੋ ਗਿਆ ਇਹ ਭਾਈ ਸਮੀਉਲਾ ਧੂੜੋ ਧੂੜ ਕੀਤੀ ਕਰੇ ਨੇ ਟਰੈਕਟਰ ਉਹ ਜਿਵੇਂ ਨਹੀਂ ਉਹ ਮੂਸੇ ਵਾਲੇ ਦਾ ਟਰੈਕਟਰ ਨਾ ਹਟ ਗਿਆ ਚੱਲਾ ਸੀਗਾ ਮੋਡੀਫਾਈ ਹੋਣ ਵਾਸਤੇ ਉਹ ਬੜੀ ਵੀਡੀਓ ਵਾਇਰਲ ਹੋਈ ਬਾਬਾ ਜੀ ਇਹ 240 ਜਨਾਬ ਮੋਡੀਫਾਈ ਹੋ ਗਏ ਇਸ ਭਾਈ ਸਮੀਉਲਾ ਦਾ ਟਰਾਲੇ ਤੇ ਚੜਨ ਦਿਆ ਹੀ ਉਹ ਇੱਕ ਵਾਰੀ ਚੜਿਆ ਤੇ ਬੈਠ ਗਿਆ ਆ ਤੇ ਉਹ ਮੈਂ ਉਸ ਲਈ ਬਣਾਉਣ ਨਹੀਂ ਸੀ ਦਿਆ ਵੀਡੀਓ ਮੈਂ ਕਹਿੰਦਾ ਆਰਾਮ ਨਾਲ ਚੜ ਜਾਣਾ ਦੂਜੀ ਵਾਰੀ ਮੁੰਡਿਆਂ ਹੁਣ ਰਾਹ ਰੂਹ ਬਣਾਇਆ ਜੀ ਤੇ ਮਜ਼ਦਾ 3500 ਖੜਾ ਹੈ ਇਹ ਮਜ਼ਦੇ 3500 ਜੀ ਦੱਬਣਾ ਇਹਨੂੰ ਤੇ ਗੱਡੀ ਜਾਊ ਟਾਪੋ ਟਾਪ ਤੇ ਪਹਿਲੇ ਵੀ ਵਿੱਚ ਕੁਝ ਲੋਡ ਕੀਤੀ ਖੜੇ ਮੈਨੂੰ ਲੱਗਦਾ ਪਹਿਲੇ ਵਿੱਚ ਬੰਪਰ ਪਏ ਆ 2-3 ਇਹ ਉਹੀ ਜਿਹੜੇ ਤੁਹਾਨੂੰ ਅੱਗੇ ਵੀਡੀਓ ਤੁਸੀਂ ਦੇਖ ਰਹੀ ਹੋਣੀ ਆ ਜਾਂ ਮੈਂ ਤੁਹਾਨੂੰ ਦਿਖਾ ਦਊਂਗਾ ਇਹ ਉਹੀ ਆ ਕੋਈ ਜਿਹੜੇ ਉਹ ਕਾੜੇ ਜਾਣੇ ਨੇ ਬੰਦੇ ਦੇ ਲਓ ਜੀ ਭਾਈ ਸਮੀਉਲਾ ਹੁਣ ਲਾ ਦਿਓ ਛੱਤ ਵਾਲਾ ਗੇਅਰ ਤੇ ਦੇਖੋ ਜਾਂਦੀ ਫਿਰ
ट्रैक्टर भी सुथरा जी 240 दाने पौंदा दाने वाह।